ਜਿਹੜੇ ਪਲੇਅਰ ਉਹ ਇੰਡੀਆ ਟੈਸਟ ਹੋਏ ਉਹਨਾਂ ਦੇ ਤਾਂ ਕਰਕੇ ਉਹਨਾਂ ਦੇ ਵੀਜ਼ੇ ਲੱਗੇ ਜਿਹੜੇ ਟੈਸਟ ਕਲੀਅਰ ਸੀ। ਦੂਸਰਾ ਫੈਸਲਾ ਇੰਗਲੈਂਡ ਫੈਡਰੇਸ਼ਨ ਦਾ ਇਹ ਸੀ ਵੀ ਜਿਹੜੇ ਪਾਕਿਸਤਾਨ ਤੋਂ ਪਲੇਅਰ ਆਉਣਗੇ ਉਹਨਾਂ ਦਾ ਟੈਸਟ ਇੰਗਲੈਂਡ ਆ ਕੇ ਹੋਊਗਾ, ਜਦੋਂ ਉਹਨਾਂ ਦੀ ਰਿਪੋਰਟ ਆਊਗੀ ਉਦੋਂ ਉਹ ਪਲੇਅਰ ਇੱਥੇ ਖੇਡ ਸਕਣਗੇ। ਇਹੀ ਫੈਸਲਾ ਸੀ ਇੰਗਲੈਂਡ ਫੈਡਰੇਸ਼ਨ ਦਾ। ਜਦ ਪਹਿਲਾ ਟੂਰਨਾਮੈਂਟ ਹੋਇਆ ਪਾਕਿਸਤਾਨ ਦੇ ਪਲੇਅਰ ਆਏ ਉਹਨਾਂ ਨੇ ਟੈਸਟ ਤਾਂ ਦਿੱਤੇ ਇੱਥੇ ਆ ਕੇ, ਪਰ ਉਹਨਾਂ ਦੀ ਰਿਪੋਰਟ ਨਹੀਂ ਆਈ। ਉਹ ਬਿਨਾਂ ਰਿਪੋਰਟ ਆਈ ਤੋਂ ਇੱਥੇ ਗਰਾਊਂਡ 'ਚ ਖੇਡੇ। ਹਾਂਜੀ, ਬਾਅਦ ਦੇ ਵਿੱਚ ਇਹ ਮਾਈਕ ਲੈ ਲਓ, ਨਿਕਲੀ ਮਾਈਕ 'ਤੇ ਮੇਰਾ ਜਵਾਬ ਦੇ ਦਿਓ ਜੇ ਮੇਰਾ ਕੋਈ ਝੂਠ ਹੋਇਆ। ਉਸ ਤੋਂ ਬਾਅਦ ਅਸੀਂ ਸਭ ਸੱਚ ਨੂੰ ਨਾ ਰੋਕੋ, ਹਾਂਜੀ ਸੱਚ ਨੂੰ ਨਾ ਰੋਕੋ, ਜਿਹੜੇ ਗਲਤ ਹੋਏ ਉਹਨਾਂ ਕਹਿ ਦਿਓ। ਉਸ ਤੋਂ ਬਾਅਦ ਵੀ ਜਿਹੜੇ ਪਲੇਅਰ ਇੰਡੀਆ ਤੋਂ ਬੈਸਟ ਆਉਣਗੇ ਉਹ ਨਹੀਂ ਖੇਡਣ ਦਿੱਤੇ ਜਾਣਗੇ। ਸੋ ਰੋੜਕੀ ਪਿਛਲੇ 6 ਟੂਰਨਾਮੈਂਟ ਬੈਸਟ ਰਿਪੀਏ ਤੇ ਇੱਥੇ ਖੇਡ ਰਿਹਾ, ਸੋ ਨਹੀਂ ਉਹਦੀ ਨਹੀਂ ਗੱਲ, ਟੈਸਟ ਹੋਇਆ ਜੀ ਭਾਜੀ। ਜਿਹੜੀ ਫੈਡਰੇਸ਼ਨ ਦਾ ਡਿਸੀਜਨ ਹੈ ਮੀਡੀਆ ਨੂੰ ਕਰੋ ਕੰਮ, ਇੱਥੇ ਨਹੀਂ ਕਰਨੇ ਇੱਥੇ ਟੂਰਨਾਮੈਂਟ ਦੇਖਣ ਆਪਾਂ ਆਏ ਹਾਂ। ਮੈਂ ਰਿਕੁਐਸਟ ਕਰਦਾ ਭਰਾਵਾ ਸਾਰਿਆਂ ਦੀ, ਪਹਿਲਾਂ ਗਰਾਊਂਡ 'ਚ ਬਾਹਰ ਜਾਓ।